ਉਹ ਜਦੋਂ ਦੀ ਕਿੱਟੀ ਆਫਿਸ ਜਾਣ ਲੱਗੀ ਹੈ ਨਾ ਉਹ ਆਪਣੇ ਆਪ ਨੂੰ ਬਹੁਤ ਤੇਜ਼ ਸਮਝਣ ਲੱਗੀ ਹੈ ਹੋਰ ਤੋਂ ਹੋਰ ਅੱਜ ਕੱਲ ਆਫਿਸ 'ਚ ਵੀ ਮੈਨੂੰ ਛੱਡ ਕੇ ਕਿੱਟੀ ਕਿੱਟੀ ਹੋਈ ਪਈ ਹੈ ਤੇ ਕੋਲ ਦਿਵਾਂਸ਼ ਵੀ ਮੇਰੇ ਰੂਮ 'ਚ ਆਇਆ ਸੀ ਉਹਨੇ ਬਹੁਤ ਸੁਣਾਇਆ ਮੈਨੂੰ ਉਸ ਉਸ ਕਿੱਟੀ ਕਰਕੇ ਤੇ ਕਹਿ ਰਿਹਾ ਸੀ ਕਿ ਸਾਡੇ ਦੋਵਾਂ ਦਾ ਤਲਾਕ ਕਰਾ ਦੇਗਾ ਮੇਰਾ ਜੀ ਤਾਂ ਐਂ ਕਰ ਰਿਹਾ ਕਿ ਹੁਣੇ ਇਸੇ ਵੇਲੇ ਜਾ ਕੇ ਉਸ ਕਿੱਟੀ ਦਾ ਮੈਂ ਗਲਾ ਘੋਟਦਾ ਤੇ ਉਹਨੂੰ ਜਾਣ ਤੋਂ ਮਾਰਦਾ ਤੇ ਮੇਰਾ ਬਦਲਾ ਲੈ ਲਾਂ ਕੀ ਗੱਲ ਕਰ ਰਿਹਾ ਨਕੁਲ ਯਾਰ ਇੱਕ ਵੋਟੀ ਦੇ ਕੰਮ ਕਰਨ ਤੇ ਤੈਨੂੰ ਇੰਨਾ ਗੁੱਸਾ ਆ ਗਿਆ ਤੇਰਾ ਦਿਮਾਗ ਤਾਂ ਖਰਾਬ ਨਹੀਂ ਹੋ ਗਿਆ ਠੀਕ ਹੀ ਤਾਂ ਕਹਿ ਰਿਹਾ ਨਕੁਲ ਪਰ ਦੀਦੀ ਜੀ ਇਹ ਕੀ ਗੱਲ ਕੀ ਪੰਪੀ ਤੂੰ ਜੋ ਸੋਚਣਾ ਸੋਚ ਪਰ ਮੈਂ ਆਪਣੇ ਪੁੱਤਰ ਦੀ ਇੰਨੀ ਜ਼ਿਆਦਾ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਸਕਦੀ ਕਿੱਟੀ ਇਸ ਘਰ ਤੋਂ ਜਾਏਗੀ ਤਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਬੱਚਾ ਆਪੇ ਸਾਂਭਿਆ ਜਾਏਗਾ ਨਕੁਲ ਤੂੰ ਫਿਕਰ ਨਾ ਕਰ ਅਸੀਂ ਜਲਦੀ ਕਿੱਟੀ ਦਾ ਮਰਡਰ ਪਲਾਨ ਕਰਦੇ ਹਾਂ ਠੀਕ ਹੈ ਮੰਮਾ ਜੀ ਦੀਦੀ ਜੀ ਤੁਹਾਨੂੰ ਕੀ ਹੋ ਗਿਆ ਕਿੱਟੀ ਨੂੰ ਮਾਰ ਕੇ ਸਾਨੂੰ ਕੀ ਮਿਲੇਗਾ ਨਕੁਲ ਦਾ ਤਾਂ ਵੈਸੇ ਹੀ ਦਿਮਾਗ ਖਰਾਬ ਰਹਿੰਦਾ ਤੁਹਾਨੂੰ ਤਾਂ ਉਹਨੂੰ ਸਮਝਾਉਣਾ ਚਾਹੀਦਾ ਪੰਪੀ ਮੈਂ ਬਹੁਤ ਦੂਰ ਦਾ ਸੋਚਦੀ ਹਾਂ ਜੇ ਅਸੀਂ ਕੁਛ ਨਹੀਂ ਕੀਤਾ ਨਾ ਤਾਂ ਨਕੁਲ ਫਰਸਟ੍ਰੇਸ਼ਨ ਚ ਆ ਕੇ ਕਿੱਟੀ ਤੋਂ ਅੱਕ ਕੇ ਉਹਦਾ ਮਰਡਰ ਕਰ ਦੇਗਾ ਤੇ ਉਹਨੂੰ ਜੇਲ੍ਹ ਜਾਣਾ ਪਏਗਾ ਤੇ ਜੇ ਅਸੀਂ ਕੁਛ ਕਰਦੇ ਹਾਂ ਕਿੱਟੀ ਵੀ ਖਤਮ ਹੋ ਜਾਏਗੀ ਤੇ ਕਿਸੇ ਨੂੰ ਸ਼ੱਕ ਵੀ ਨਹੀਂ ਹੋਏਗਾ ਇਸ ਲਈ ਕਿੱਟੀ ਦੇ ਜ਼ਰੀਏ ਅਸੀਂ ਨਿਆਂ ਨੂੰ ਦੁੱਖ ਦੇਵਾਂਗੇ ਮੈਂ ਨਿਆਂ ਨੂੰ ਕਿਹਾ ਸੀ ਕਿ ਮੈਂ ਉਹਨੂੰ ਬਹੁਤ ਜ਼ਿਆਦਾ ਤੜਫਾਵਾਂਗੀ ਇੱਕ ਇੱਕ ਕਰਕੇ ਉਹਦੇ ਆਸੇ ਪਾਸੇ ਲੋਕਾਂ ਤੇ ਹਮਲਾ ਕਰਾਂਗੀ ਪਰ ਦੀਦੀ ਜੀ ਜੇ ਨਿਆਂ ਨੂੰ ਦ੍ਰਿਸ਼ ਆ ਗਿਆ ਫਿਰ ਇਹੀ ਤਾਂ ਮੈਂ ਚਾਹੁੰਦੀ ਹਾਂ ਕਿ ਨਿਆਂ ਨੂੰ ਦ੍ਰਿਸ਼ ਆਵੇ ਦੀਦੀ ਜੀ ਤੁਹਾਡਾ ਐਗਜ਼ੈਕਟ ਪਲਾਨ ਕੀ ਹੈ ਤੂੰ ਦੇਖਦਾ ਜਾ ਪੰਪੀ ਮੈਂ ਅੱਗੇ ਅੱਗੇ ਕੀ ਕਰਦੀ ਹਾਂ ਮੈਂ ਨਿਆਂ ਨੂੰ ਚਾਰੋਂ ਪਾਸਿਆਂ ਤੋਂ ਇਹੋ ਜਿਹੇ ਸੰਕਟ 'ਚ ਫਸਾਵਾਂਗੀ ਕਿ ਉਹਦੀ ਰੂਹ ਵੀ ਕੰਬ ਜਾਏਗੀ ਨਯਨ ਜੋ ਵੇਖੇ ਅਨ ਵੇਖਾ ਹੁਣੇ ਡਾਊਨਲੋਡ ਕਰੋ Z5 ਐਪ ਤੇ ਵੇਖੋ ਆਪਣੇ ਪਸੰਦੀਦਾ ਸ਼ੋਜ਼ ਦੇ ਸਾਰੇ ਐਪੀਸੋਡ ਕਿਤੇ ਵੀ ਕਦੇ ਵੀ ਬਿਲਕੁਲ ਮੁਫਤ